ਭਾਈਚਾਰ ਜਿੰਦਾਬਾਦ 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 ਪੱਤਰਕਾਰਾਂ ਭਾਈਚਾਰ ਜਿੰਦਾਬਾਦ 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 ਸਾਡਾ ਥੰਮ ਜਿਹੜਾ ਉਹ ਸਾਡੇ ਮੀਡੀਆ ਵਾਲਿਆਂ ਨੂੰ ਮੰਨਿਆ ਜਾਂਦਾ ਹੈ। ਸਾਡੇ ਇਸ ਪੱਤਰਕਾਰੀ ਭਾਈਚਾਰੇ ਨੂੰ ਹੱਥ ਪਾਇਆ ਹੈ, ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਲਦੀ ਤੋਂ ਜਲਦੀ ਉਸ ਨੂੰ ਮੁਅੱਤਲ ਕਰਕੇ ਆਪਣੇ ਘਰ ਭੇਜਿਆ ਜਾਵੇ। ਏਕਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ ਜਿੰਦਾਬਾਦ। ਨਿਊਜ਼ ਪੰਜਾਬ ਦੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਬੀਤੇ ਦਿਨੀ ਚੰਡੀਗੜ੍ਹ ਵਿਖੇ ਪੁਲਿਸ ਮੁਲਾਜ਼ਮਾਂ ਵੱਲੋਂ ਪੱਤਰਕਾਰ ਦਵਿੰਦਰਪਾਲ ਸਿੰਘ ਨਾਲ ਕੀਤੀ ਗਈ ਧੱਕੇਸ਼ਾਹੀ ਦੀ ਸਥਾਨਕ ਪ੍ਰੈਸ ਯੂਨੀਅਨ ਆਫ ਜਰਨਲਿਸਟ ਕੋਡ ਇਸੇਕਾ ਇਕਾਈ ਵੱਲੋਂ ਸਖ਼ਤ ਸ਼ਬਦਾਂ 'ਚ ਪੁਲਿਸ ਦੇ ਦੁਰਵਿਵਹਾਰ ਦੀ ਆਲੋਚਨਾ ਕੀਤੀ ਗਈ। ਆਲੋਚਨਾ ਕਰਦਿਆਂ ਪੱਤਰਕਾਰ ਜੀਤਾ ਸਿੰਘ ਨਰੰਗ, ਡਾਕਟਰ ਕੁਲਵੰਤ ਸਿੰਘ ਖੋਸਾ, ਗੁਰਮੀਤ ਸਿੰਘ ਖਾਲਸਾ, ਨਛੱਤਰ ਸਿੰਘ ਲਾਲੀ, ਜੋਗਿੰਦਰਪਾਲ ਮਾਲੜਾ, ਮਨੂ ਗਾਂਧੀ, ਪੁਨੀਤ ਗਰੋਵਰ, ਸੋਨੂੰ ਮਾਲੜਾ, ਮਨੀ ਅਰੋੜਾ, ਬਖਸ਼ੀਸ਼ ਬਖਸ਼ੀ, ਸਤਨਾਮ ਸਿੰਘ ਦਾਨੇਵਾਲੀ, ਜਗਰਾਜ ਲਹਾਰਾ ਆਦਿ ਨੇ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਖਵਾਉਂਦੇ ਪੱਤਰਕਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵੀ ਬਿਨਾਂ ਕਿਸੇ ਲਾਲਚ ਦੇ ਆਪਣਾ ਫਰਜ਼ ਸਮਝਦਿਆਂ ਲੋਕਾਂ ਲਈ ਕੰਮ ਕਰ ਰਹੇ ਹਨ, ਪਰ ਕੁਝ ਮੁਲਾਜ਼ਮਾਂ ਦੀ ਬੇਰੁਖੀ ਕਾਰਨ ਮੀਡੀਆ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਜਾਂਦੀ ਹੈ। ਉਹਨਾਂ ਕਿਹਾ ਕਿ ਦਵਿੰਦਰਪਾਲ ਸਿੰਘ ਨਾਲ ਬਦਸਲੂਕੀ ਦੀ ਜਾਂਚ ਵੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਲੋਕਾਂ ਦੇ ਹੱਕਾਂ ਮੁਸ਼ਕਲਾਂ ਸੰਬੰਧੀ ਇਮਾਨਦਾਰੀ ਅਤੇ ਨਿਧੜਤਾ ਨਾਲ ਲਿਖਦੇ ਹਨ ਅਤੇ ਇਹ ਸੋਚੀ ਸਮਝੀ ਸਾਜਿਸ਼ ਵੀ ਹੋ ਸਕਦੀ ਹੈ। ਭਾਈਚਾਰੇ ਨੇ ਮੰਗ ਕਰਦਿਆਂ ਕਿਹਾ ਕਿ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਉਹਨਾਂ ਦੀਆਂ ਡਿਊਟੀਆਂ ਤੋਂ ਮੁਅੱਤਲ ਕੀਤਾ ਜਾਵੇ ਤਾਂ ਜੋ ਅਜਿਹੀਆਂ ਸ਼ਰਮਨਾਕ ਘਟਨਾਵਾਂ ਦੁਆਰਾ ਭਵਿੱਖ ਵਿੱਚ ਨਾ ਹੋ ਸਕਣ। ਇਸ ਦੌਰਾਨ ਮੀਡੀਆ ਭਾਈਚਾਰੇ ਵੱਲੋਂ ਨਾਇਬ ਤਹਿਸੀਲਦਾਰ ਮਲੂਕ ਸਿੰਘ ਕੋਟ ਇਸੇ ਖਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਦੇਖੋ ਜੀ, ਜਿਸ ਤਰ੍ਹਾਂ ਪੱਤਰਕਾਰੀ ਭਾਈਚਾਰੇ ਨੂੰ ਲੋਕ ਰਾਜ ਦੇ ਵਿੱਚ ਚੌਥਾ ਥੰਮ ਕਿਹਾ ਜਾਂਦਾ, ਇਹ ਅਸੀਂ ਮੰਨਦੇ ਹਾਂ ਵੀ ਪਹਿਲਾ ਥੰਮ ਜਿਹੜਾ ਉਹ ਨਿਆਂਪਾਲਕਾ, ਦੂਸਰਾ ਵਿਧਾਨਪਾਲਕਾ, ਤੀਜਾ ਕਾਰਜਪਾਲਕਾ ਔਰ ਚੌਥਾ ਥੰਮ ਜਿਹੜਾ ਉਹ ਸਾਡੇ ਮੀਡੀਆ ਵਾਲਿਆਂ ਨੂੰ ਮੰਨਿਆ ਜਾਂਦਾ। ਜੇਕਰ ਮੀਡੀਆ ਵਾਲੇ ਕਿਸੇ ਵੀ ਬਿਨਾਂ ਲਾਲਚ ਔਰ ਕਿਸੇ ਵੀ ਬਿਨਾਂ ਸਵਾਰਥ ਤੋਂ ਔਰ ਬਿਨਾਂ ਕਿਸੇ ਤਨਖਾਹ ਤੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਹੈ, ਅਤੇ ਪਰੰਤੂ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਸਾਡੇ ਚੰਡੀਗੜ੍ਹ ਦਵਿੰਦਰਪਾਲ ਸਿੰਘ ਜੋ ਕਿ ਪੰਜਾਬੀ ਟ੍ਰਿਬਿਊਨ ਦੇ ਬੜੇ ਸੁਲਝੇ ਹੋਏ ਅਤੇ ਸੀਨੀਅਰ ਪੱਤਰਕਾਰ ਹੈ, ਉਹਨਾਂ 'ਤੇ ਇੱਕ SHO ਵੱਲੋਂ ਨਜਾਇਜ਼ ਤੌਰ 'ਤੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਹਦੇ ਨਾਲ ਸਾਡੇ ਪੰਜਾਬ ਦੇ ਕੀ ਸਾਰੇ ਦੇਸ਼ ਦੇ ਸਾਰੇ ਪੱਤਰਕਾਰਾਂ ਦੇ ਵਿੱਚ ਬੜੀ ਰੋਸ ਦੀ ਲਹਿਰ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਉਸ ਸ਼ਖਸ ਵਿਰੁੱਧ ਜਿਹਨੇ ਕਿ ਸਾਡੇ ਇਸ ਪੱਤਰਕਾਰੀ ਭਾਈਚਾਰੇ ਨੂੰ ਹੱਥ ਪਾਇਆ ਹੈ, ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਗਰ ਇਸ ਤਰ੍ਹਾਂ ਹਾਈ ਕਮਾਂਡ ਪੱਤਰਕਾਰੀਚਾਰਿਆਂ ਦੀ ਜਿਹੜੀ ਹੈਗੀ ਹੈ ਉਹਦੇ 'ਤੇ ਜੇ ਕਿਸੇ ਵੀ ਕਿਸਮ ਦੀ ਕੋਈ ਪ੍ਰੋਗਰਾਮ ਜਾਂ ਐਕਸ਼ਨ ਲਿਖਿਆ ਜਾਂਦਾ, ਸਾਡਾ ਇਸ ਇਲਾਕੇ ਦੇ ਜਿੰਨੇ ਵੀ ਪੱਤਰਕਾਰ ਉਸ ਵਿੱਚ ਵੱਧ ਚੜ੍ਹ ਕੇ ਅੱਗੇ ਹੋ ਕੇ ਹਿੱਸਾ ਲੈਣਗੇ। ਪੰਜਾਬੀ ਟ੍ਰਿਬਿਊਨ ਦਾ ਜੋ ਪੱਤਰਕਾਰ ਸੀਗੇ ਜੀ ਦਵਿੰਦਰਪਾਲ ਜੀ, ਉਹਨਾਂ ਜੋ ਬਦਸਲੂਕੀ ਕੀਤੀ ਗਈ ਸੀ SHO ਵੱਲੋਂ, ਉਹਦੇ ਖਿਲਾਫ਼ ਸਖ਼ਤ ਐਕਸ਼ਨ ਲੈਣਾ ਚਾਹੀਦਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ, ਠੀਕ ਹੈ ਕਿ ਨਹੀਂ, ਅਤੇ ਸਸਪੈਂਡ ਕਰਨਾ ਚਾਹੀਦਾ ਜੋ ਵੀ ਅਧਿਕਾਰੀ ਇਹ 'ਚ ਸ਼ਾਮਲ ਸੀਗਾ SHO ਜਾਂ ਕੋਈ ਵੀ ਨਾਲ ਸੀ ਉਹਨਾਂ ਦੇ, ਉਹਨਾਂ ਨੂੰ ਸਸਪੈਂਡ ਫੌਰੀ ਤੌਰ 'ਤੇ ਕਰਨਾ ਚਾਹੀਦਾ। ਇੰਡੀਅਨ ਗੌਰਮੈਂਟ ਤੋਂ ਹੀ ਮੰਗ ਕਰਦੇ ਹੈ। ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਓ, ਯਕੀਨੀ ਬਣਾਓ, ਯਕੀਨੀ ਬਣਾਓ। ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਓ, ਯਕੀਨੀ ਬਣਾਓ, ਯਕੀਨੀ ਬਣਾਓ। ਪੱਤਰਕਾਰਾਂ ਦੇ ਹੋਏ ਹਮਲਿਆਂ ਤੇ ਕਾਰਵਾਈ ਕੀਤੀ ਕਾਰਵਾਈ ਕੀਤੀ ਜਾਵੇ, ਕਾਰਵਾਈ ਕੀਤੀ ਜਾਵੇ।